ਥੋੜੇ ਦਿਨ ਬਾਅਦ ਹੀ ਸੀ ਨੌਜਵਾਨ ਦਾ ਵਿਆਹ, ਪਹਿਲਾਂ ਹੀ ਪਲਟ ਗਈ ਕਾਰ, ਗੱਡੀ ਦਾ ਨਹੀਂ ਬਚਿਆ ਕੱਖ। ਤਾਂ ਦੱਸ ਦਈਏ ਕਿ ਹਾਦਸਾ ਹੋਇਆ ਜਿੱਥੇ ਕਾਰ ਅਤੇ ਟਰੱਕ ਦੀ ਭਿਆਨਕ ਟੱਕਰ ਹੋ ਜਾਂਦੀ ਹੈ, ਜਿਸ ਦੇ ਵਿੱਚ ਇਹ ਕਾਰ ਬਿਲਕੁਲ ਖਤਮ ਹੋ ਜਾਂਦੀ ਹੈ। ਤਾਂ ਇਸ ਦੇ ਵਿੱਚ ਬੈਠੇ ਇੱਕ ਨੌਜਵਾਨ ਦਾ ਥੋੜ੍ਹੇ ਦਿਨ ਬਾਅਦ ਹੀ ਵਿਆਹ ਸੀ, ਤਾਂ ਇਸ ਤੋਂ ਪਹਿਲਾਂ ਹੀ ਵੱਡਾ ਹਾਦਸਾ ਹੋ ਗਿਆ ਅਤੇ ਟੱਕਰ ਤੋਂ ਬਾਅਦ ਇਹਨਾਂ ਦੀ ਕਾਰ ਪਲਟ ਜਾਂਦੀ ਹੈ, ਜਿਸ ਦੇ ਵਿੱਚ ਇਸ ਕਾਰ ਦੇ ਪਰਖੱਚੇ ਉੱਡ ਗਏ ਨੇ। ਤਾਂ ਮੌਕੇ ਦੀਆਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ, ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਹ ਵੱਡਾ ਹਾਦਸਾ ਵਾਪਰਿਆ। ਤਾਂ ਦੱਸ ਦਈਏ ਕਿ ਟੱਕਰ ਤੋਂ ਬਾਅਦ ਟਰੱਕ ਚਾਲਕ ਹੈ ਜਿਹੜਾ ਮੌਕੇ ਤੋਂ ਫਰਾਰ ਹੋ ਜਾਂਦਾ ਹੈ। ਤਾਂ ਖੰਨੇ ਤੋਂ ਇਹ ਹਾਦਸਾ ਸਾਹਮਣੇ ਆਇਆ ਜਿੱਥੇ ਕਾਰ ਅਤੇ ਟਰੱਕ ਦੀ ਭਿਆਨਕ ਟੱਕਰ ਹੋਈ ਹੈ। ਤਾਂ ਟੱਕਰ ਇੰਨੀ ਜ਼ਬਰਦਸਤ ਸੀ ਕਿ ਇਸ ਦੇ ਵਿੱਚ ਕਾਰ ਦੇ ਪਰਖੱਚੇ ਉੱਡ ਜਾਂਦੇ ਨੇ ਅਤੇ ਕਾਰ ਬਿਲਕੁਲ ਖਤਮ ਹੋ ਜਾਂਦੀ ਹੈ। ਮਿਲੀ ਜਾਣਕਾਰੀ ਅਨੁਸਾਰ ਇਸ ਦੇ ਵਿੱਚ ਦੋ ਸ਼ਖਸ ਸਵਾਰ ਸੀ, ਤਾਂ ਟੱਕਰ ਤੋਂ ਬਾਅਦ ਉਹ ਕਾਰ ਦੇ ਵਿੱਚ ਫਸ ਜਾਂਦੇ ਹੈ, ਜਿਸ ਤੋਂ ਬਾਅਦ ਮੌਕੇ 'ਤੇ ਰਾਹਗੀਰਾਂ ਦੇ ਵੱਲੋਂ ਇਹਨਾਂ ਨੂੰ ਕੱਢਿਆ ਜਾਂਦਾ ਹੈ ਅਤੇ ਹਸਪਤਾਲ ਦਾਖਲ ਕਰਵਾਇਆ ਜਾਂਦਾ ਹੈ, ਜਿਸ ਦੇ ਵਿੱਚ ਇਹਨਾਂ ਦੇ ਗੰਭੀਰ ਸੱਟਾਂ ਵੱਜੀਆਂ ਨੇ ਅਤੇ ਜ਼ਖਮੀ ਹੋ ਜਾਂਦੇ ਨੇ। ਅਤੇ ਇਸ ਸੰਬੰਧੀ ਕਾਰ ਚਾਲਕ ਨੇ ਦੱਸਿਆ ਕਿ ਉਹਨਾਂ ਨੂੰ ਇੱਕ ਟਰੱਕ ਦੇ ਵੱਲੋਂ ਟੱਕਰ ਮਾਰੀ ਗਈ, ਤਾਂ ਟੱਕਰ ਤੋਂ ਬਾਅਦ ਉਹਨਾਂ ਦੀ ਕਾਰ ਪਲਟ ਜਾਂਦੀ ਹੈ, ਜਿਸ ਤੋਂ ਬਾਅਦ ਆਮ ਲੋਕਾਂ ਦੇ ਵੱਲੋਂ ਇਹਨਾਂ ਨੂੰ ਹਸਪਤਾਲ ਪਹੁੰਚਾਇਆ ਜਾਂਦਾ ਹੈ। ਤਾਂ ਵੇਖ ਸਕਦੇ ਹੋ ਕਿ ਵੱਡਾ ਹਾਦਸਾ ਵਾਪਰਿਆ ਸੀ, ਪਰ ਵਾਲ ਵਾਲ ਇਹਨਾਂ ਦੋਨਾਂ ਨੌਜਵਾਨਾਂ ਦੀ ਜਾਨ ਬਚ ਜਾਂਦੀ ਹੈ। ਤਾਂ ਇੱਕ ਸ਼ਖਸ ਦਾ ਤਾਂ ਥੋੜ੍ਹੇ ਦਿਨ ਬਾਅਦ ਹੀ ਵਿਆਹ ਸੀ, ਤਾਂ ਇਸ ਤੋਂ ਪਹਿਲਾਂ ਹੀ ਇਹ ਵੱਡਾ ਹਾਦਸਾ ਵਾਪਰ ਗਿਆ। ਇੱਥੇ ਨਾ ਸਰ, ਅਸੀਂ ਨੀਅਰ ਲਿਬੜਾ ਖੜ੍ਹੇ ਸੀਗੇ, ਐਸ ਐਸ ਐਫ ਟੀਮ ਆਪਣੀ ਖੰਨੇ ਦੀ, ਅਤੇ ਉੱਥੇ ਸਾਨੂੰ ਕੰਟਰੋਲ ਰੂਮ ਤੋਂ ਮੈਸੇਜ ਆਇਆ ਜੀ 7:47 ਅਤੇ ਮੈਸੇਜ ਅਸੀਂ ਨੋਟ ਕਰਦੀ ਸਾਰੇ, ਜਦੋਂ ਉੱਥੋਂ 10 ਮਿੰਟਾਂ ਦੇ ਵਿੱਚ ਇੱਥੇ ਪਹੁੰਚ ਗਏ ਜੀ। ਪਹੁੰਚਣ 'ਤੇ ਆ ਕੇ ਦੇਖਿਆ, ਸਾਨੂੰ ਅਸੀਂ ਫੋਨ 'ਤੇ ਪਹਿਲਾਂ ਗੱਲ ਕਰ ਲਈ ਸੀ, ਇਹਨਾਂ ਨੇ ਫੋਨ ਨੰਬਰ ਸੀਗਾ ਜਿਹੜੀ ਕੰਪਲੇਂਟ ਸੀ ਜੀ, ਉਹ ਕਹਿੰਦੇ ਵੀ ਜਾਨੀ ਮਾਲੀ ਕੋਈ ਨੁਕਸਾਨ ਨਹੀਂ ਹੋਇਆ, ਪਰ ਜਿਹੜਾ ਟਰੱਕ ਵਾਲਾ ਸੀਗਾ ਵੀ ਉਹਦੇ ਵਿੱਚ ਗੱਡੀ ਹਿੱਟ ਹੋ ਗਈ ਜੀ, ਬਰਨਾ ਆਪਣੀ ਜਿਹੜੀ ਲੁਧਿਆਣੇ ਸਾਈਡ ਤੋਂ ਆ ਰਹੇ ਸੀ ਜੀ, ਖੰਨਾ ਸਾਈਡ ਨੂੰ, ਅਤੇ ਗੱਡੀ ਪਲਟ ਗਈ ਸੀ। ਰੋਡ ਅਸੀਂ ਕਲੀਅਰ ਕਰਵਾਤਾ ਜੀ, ਟਰੱਕ ਵਾਲਾ ਸੀਗਾ ਜੀ ਸਾਡੇ ਆਉਣ ਤੋਂ ਪਹਿਲਾਂ, ਇਹ ਕਹਿੰਦੇ ਮੁੰਡੇ ਦੱਸਦੇ ਆ ਵੀ ਭੱਜ ਗਿਆ ਸੀਗਾ ਸਰ। ਸਰ ਕਿੰਨੇ ਬੰਦੇ ਸਵਾਰ ਸੀ ਕਾਰ ਦੇ ਵਿੱਚ? ਇਹਦੇ ਵਿੱਚ 2 ਜਣੇ ਸੀਗੇ ਸਰ, ਮੁੰਡੇ 2 ਜੀ। ਇਹ ਕੋਈ ਵਿਆਹ ਵਗੈਰਾ ਦਾ ਸਮਾਨ ਲੈ ਕੇ ਕੋਈ ਕਾਰਡ ਕੂਡ ਵੰਡਣ ਜਾ ਰਹੇ ਸੀ ਸਰ, ਉਹਨਾਂ ਦਾ ਕੋਈ ਆਪਣੇ ਜਾਨੀ ਮਾਲੀ ਕੋਈ ਨੁਕਸਾਨ ਨਹੀਂ ਹੋਇਆ। ਮਾੜੀਆਂ ਮੋਟੀਆਂ ਸੱਟਾਂ ਪੇਟਾਂ ਸੀਗੀਆਂ ਜਿਹਨਾਂ ਨੂੰ ਫਸਟ ਏਡ ਅਸੀਂ ਦੇਤੀ ਆ ਉਹਨਾਂ ਦੇ। ਇਹ ਜਾ ਰਹੇ ਸੀ ਲੁਧਿਆਣੇ ਸਾਈਡ ਤੋਂ ਆਏ ਸੀ ਜੀ, ਗੋਬਿੰਦਗੜ੍ਹ ਸਾਈਡ ਸਰਹੰਦ ਨੂੰ ਜਾ ਰਹੇ ਸੀ। ਥੋੜੇ ਦਿਨ ਬਾਅਦ ਹੀ ਸੀ ਨੌਜਵਾਨ ਦਾ ਵਿਆਹ, ਪਹਿਲਾਂ ਹੀ ਪਲਟ ਗਈ ਕਾਰ, ਗੱਡੀ ਦਾ ਨਹੀਂ ਬਚਿਆ ਕੱਖ। ਤਾਂ ਦੱਸ ਦਈਏ ਕਿ ਹਾਦਸਾ ਹੋਇਆ ਜਿੱਥੇ ਕਾਰ ਅਤੇ ਟਰੱਕ ਦੀ ਭਿਆਨਕ ਟੱਕਰ ਹੋ ਜਾਂਦੀ ਹੈ, ਜਿਸ ਦੇ ਵਿੱਚ ਇਹ ਕਾਰ ਬਿਲਕੁਲ ਖਤਮ ਹੋ ਜਾਂਦੀ ਹੈ। ਤਾਂ ਇਸ ਦੇ ਵਿੱਚ ਬੈਠੇ ਇੱਕ ਨੌਜਵਾਨ ਦਾ ਥੋੜ੍ਹੇ ਦਿਨ ਬਾਅਦ ਹੀ ਵਿਆਹ ਸੀ, ਤਾਂ ਇਸ ਤੋਂ ਪਹਿਲਾਂ ਹੀ ਵੱਡਾ ਹਾਦਸਾ ਹੋ ਗਿਆ ਅਤੇ ਟੱਕਰ ਤੋਂ ਬਾਅਦ ਇਹਨਾਂ ਦੀ ਕਾਰ ਪਲਟ ਜਾਂਦੀ ਹੈ, ਜਿਸ ਦੇ ਵਿੱਚ ਇਸ ਕਾਰ ਦੇ ਪਰਖੱਚੇ ਉੱਡ ਗਏ ਨੇ। ਤਾਂ ਮੌਕੇ ਦੀਆਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ, ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਹ ਵੱਡਾ ਹਾਦਸਾ ਵਾਪਰਿਆ। ਤਾਂ ਦੱਸ ਦਈਏ ਕਿ ਟੱਕਰ ਤੋਂ ਬਾਅਦ ਟਰੱਕ ਚਾਲਕ ਹੈ ਜਿਹੜਾ ਮੌਕੇ ਤੋਂ ਫਰਾਰ ਹੋ ਜਾਂਦਾ ਹੈ। ਤਾਂ ਖੰਨੇ ਤੋਂ ਇਹ ਹਾਦਸਾ ਸਾਹਮਣੇ ਆਇਆ ਜਿੱਥੇ ਕਾਰ ਅਤੇ ਟਰੱਕ ਦੀ ਭਿਆਨਕ ਟੱਕਰ ਹੋਈ ਹੈ। ਤਾਂ ਟੱਕਰ ਇੰਨੀ ਜ਼ਬਰਦਸਤ ਸੀ ਕਿ ਇਸ ਦੇ ਵਿੱਚ ਕਾਰ ਦੇ ਪਰਖੱਚੇ ਉੱਡ ਜਾਂਦੇ ਨੇ ਅਤੇ ਕਾਰ ਬਿਲਕੁਲ ਖਤਮ ਹੋ ਜਾਂਦੀ ਹੈ। ਮਿਲੀ ਜਾਣਕਾਰੀ ਅਨੁਸਾਰ ਇਸ ਦੇ ਵਿੱਚ ਦੋ ਸ਼ਖਸ ਸਵਾਰ ਸੀ, ਤਾਂ ਟੱਕਰ ਤੋਂ ਬਾਅਦ ਉਹ ਕਾਰ ਦੇ ਵਿੱਚ ਫਸ ਜਾਂਦੇ ਹੈ।
ਜਿਸ ਤੋਂ ਬਾਅਦ ਮੌਕੇ ਤੇ ਰਾਹਗੀਰਾਂ ਦੇ ਵੱਲੋਂ ਇਹਨਾਂ ਨੂੰ ਕੱਢਿਆ ਜਾਂਦਾ ਹੈ ਤੇ ਹਸਪਤਾਲ ਦਾਖਲ ਕਰਵਾਇਆ ਜਾਂਦਾ ਹੈ, ਜਿਸ ਦੇ ਵਿੱਚ ਇਹਨਾਂ ਦੇ ਗੰਭੀਰ ਸੱਟਾਂ ਵੱਜੀਆਂ ਨੇ ਤੇ ਜ਼ਖਮੀ ਹੋ ਜਾਂਦੇ ਨੇ। ਤੇ ਇਸ ਸੰਬੰਧੀ ਕਾਰ ਚਾਲਕ ਨੇ ਦੱਸਿਆ ਕਿ ਉਹਨਾਂ ਨੂੰ ਇੱਕ ਟਰੱਕ ਦੇ ਵੱਲੋਂ ਟੱਕਰ ਮਾਰੀ ਗਈ ਤਾਂ ਟੱਕਰ ਤੋਂ ਬਾਅਦ ਉਹਨਾਂ ਦੀ ਕਾਰ ਪਲਟ ਜਾਂਦੀ ਹੈ, ਜਿਸ ਤੋਂ ਬਾਅਦ ਆਮ ਲੋਕਾਂ ਦੇ ਵੱਲੋਂ ਇਹਨਾਂ ਨੂੰ ਹਸਪਤਾਲ ਪਹੁੰਚਾਇਆ ਜਾਂਦਾ। ਤਾਂ ਵੇਖ ਸਕਦੇ ਹੋ ਕਿ ਵੱਡਾ ਹਾਦਸਾ ਵਾਪਰਿਆ ਸੀ, ਪਰ ਵਾਲ ਵਾਲ ਇਹਨਾਂ ਦੋਨਾਂ ਨੌਜਵਾਨਾਂ ਦੀ ਜਾਨ ਬਚ ਜਾਂਦੀ ਹੈ। ਤਾਂ ਇੱਕ ਸ਼ਖਸ ਦਾ ਤਾਂ ਥੋੜ੍ਹੇ ਦਿਨ ਬਾਅਦ ਹੀ ਵਿਆਹ ਸੀ, ਤਾਂ ਇਸ ਤੋਂ ਪਹਿਲਾਂ ਹੀ ਇਹ ਵੱਡਾ ਹਾਦਸਾ ਵਾਪਰ ਗਿਆ। ਇੱਥੇ ਨਾ ਸਰ, ਅਸੀਂ ਨੀਅਰ ਲਿਬੜਾ ਖੜ੍ਹੇ ਸੀਗੇ, ਐੱਸ ਐੱਸ ਐੱਫ ਟੀਮ ਆਪਣੀ ਖੰਨੇ ਦੀ, ਅਤੇ ਉੱਥੇ ਸਾਨੂੰ ਕੰਟਰੋਲ ਰੂਮ ਤੋਂ ਮੈਸੇਜ ਆਇਆ ਜੀ 7:47 ਅਤੇ ਮੈਸੇਜ ਅਸੀਂ ਨੋਟ ਕਰਦੀ ਸਾਰੇ, ਜਦੋਂ ਉੱਥੋਂ 10 ਮਿੰਟਾਂ ਦੇ ਵਿੱਚ ਇੱਥੇ ਪਹੁੰਚ ਗਏ ਜੀ। ਪਹੁੰਚਣ 'ਤੇ ਆ ਕੇ ਦੇਖਿਆ, ਸਾਨੂੰ ਅਸੀਂ ਫੋਨ 'ਤੇ ਪਹਿਲਾਂ ਗੱਲ ਕਰ ਲਈ ਸੀ, ਇਹਨਾਂ ਨੇ ਫੋਨ ਨੰਬਰ ਸੀਗਾ ਜਿਹੜੀ ਕੰਪਲੇਂਟ ਸੀ ਜੀ, ਉਹ ਕਹਿੰਦੇ ਵੀ ਜਾਨੀ ਮਾਲੀ ਕੋਈ ਨੁਕਸਾਨ ਨਹੀਂ ਹੋਇਆ, ਪਰ ਜਿਹੜਾ ਟਰੱਕ ਵਾਲਾ ਸੀਗਾ ਵੀ ਉਹਦੇ ਵਿੱਚ ਗੱਡੀ ਹਿੱਟ ਹੋ ਗਈ ਜੀ, ਬਰਨਾ ਆਪਣੀ ਜਿਹੜੀ ਲੁਧਿਆਣੇ ਸਾਈਡ ਤੋਂ ਆ ਰਹੇ ਸੀ ਜੀ ਖੰਨਾ ਸਾਈਡ ਨੂੰ, ਅਤੇ ਗੱਡੀ ਪਲਟ ਗਈ ਸੀ, ਰੋਡ ਅਸੀਂ ਕਲੀਅਰ ਕਰਵਾਤਾ ਜੀ। ਟਰੱਕ ਵਾਲਾ ਸੀਗਾ ਜੀ ਸਾਡੇ ਆਉਣ ਤੋਂ ਪਹਿਲਾਂ, ਇਹ ਕਹਿੰਦੇ ਮੁੰਡੇ ਦੱਸਦੇ ਆ ਵੀ ਭੱਜ ਗਿਆ ਸੀਗਾ ਸਰ। ਸਰ ਕਿੰਨੇ ਬੰਦੇ ਸਵਾਰੀ ਕਾਰ ਦੇ ਵਿੱਚ? ਇਹਦੇ ਵਿੱਚ 2 ਜਣੇ ਸੀਗੇ ਸਰ, ਮੁੰਡੇ 2 ਜੀ। ਇਹ ਕੋਈ ਵਿਆਹ ਵਗੈਰਾ ਦਾ ਸਮਾਨ ਲੈ ਕੇ ਕੋਈ ਕਾਰਡ ਕੂਡ ਵੰਡਣ ਜਾ ਰਹੇ ਸੀ ਸਰ, ਉਹਨਾਂ ਦਾ ਕੋਈ ਆਪਣੇ ਜਾਨੀ ਮਾਲੀ ਕੋਈ ਨੁਕਸਾਨ ਨਹੀਂ ਹੋਇਆ, ਬਚਾ ਰਿਹਾ ਜੀ। ਮਾੜੀਆਂ ਮੋਟੀਆਂ ਸੱਟਾਂ ਪੇਟਾਂ ਸੀਗੀਆਂ ਜਿਹਨਾਂ ਨੂੰ ਫਸਟ ਏਡ ਅਸੀਂ ਦੇਤੀ ਆ, ਉਹਨਾਂ ਦੇ ਇਹ ਜਾ ਰਹੇ ਸੀ ਲੁਧਿਆਣੇ ਸਾਈਡ ਤੋਂ ਆਏ ਸੀ ਜੀ, ਗੋਬਿੰਦਗੜ੍ਹ ਸਾਈਡ ਸਰਹੰਦ ਨੂੰ ਜਾ ਰਹੇ ਸੀ।